ਮਹੱਲਾ ਚੌਥਾ ਗੌੜੀ ਪੂਰਬੀ। ਚੌਥੇ ਪਾਤਸ਼ਾਹ ਸ਼ਬਦ ਹੈ ਗੌੜੀ ਰਾਗ ਵਿੱਚ। ਹੁਣ ਜਾਤੀ ਬਦਲ ਦਿੱਤੀ, ਪੂਰਬੀ ਜਾਤੀ ਵਿੱਚ ਹੈ ਹੁਣ ਸ਼ਬਦ। ਹਰ ਦਿਆਲ ਦਇਆ ਪ੍ਰਭ ਕੀਨੀ, ਮੇਰਾ ਮਨ ਤਨ ਮੁੱਖ ਹਰ ਬੋਲੀ। ਹਰੀ ਪ੍ਰਭੂ ਵਾਹਿਗੁਰੂ ਦਿਆਲੂ ਨੇ ਇੱਕ ਮੇਰੇ ਤੇ ਬੜੀ ਵੱਡੀ ਦਇਆ ਕੀਤੀ ਕਿ ਮੇਰੇ ਮਨ ਵਿੱਚ, ਤਨ ਵਿੱਚ, ਮੂੰਹ ਵਿੱਚ ਹਰੀ ਦੀ ਬੋਲੀ ਪ੍ਰਵੇਸ਼ ਹੋ ਗਈ ਆਪਣੇ ਆਪ ਹੀ। ਇਹ ਹੋ ਗਿਆ ਕਿ ਹੁਣ ਹਰ ਵਕਤ ਮੈਂ ਹਿਰਦੇ ਵਿੱਚ ਵੀ ਸੇ ਮੂੰਹ ਨਾਲ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਹਾਂ। ਉਹਦੀ ਕਿਰਪਾ ਇਹੋ ਜਿਹੀ ਹੋ ਗਈ ਹੈ ਕਿ ਮੈਨੂੰ ਰਸ ਆ ਗਿਆ, ਇਕਾਗਰਤਾ ਬਣ ਗਈ, ਟਿਕਾਓ ਬਣ ਗਿਆ ਹੈ। ਬਸ ਇਹੀ ਮੇਰੇ ਤੇ ਵੱਡੀ ਉਹਨਾਂ ਨੇ ਕਿਰਪਾ ਕਰ ਦਿੱਤੀ ਹੈ। ਜਿਸ ਵੇਲੇ ਦਿਆਲੂ ਹਰੀ ਨੇ ਦਇਆ ਕੀਤੀ ਤਾਂ ਮੇਰੇ ਮਨ ਵਿੱਚ ਪਰਮਾਤਮਾ ਦਾ ਗਿਆਨ ਹੋ ਗਿਆ, ਤਨ ਵਿੱਚ ਪ੍ਰਭੂ ਦੀ ਭਗਤੀ ਤੇ ਮੂੰਹ ਵਿੱਚੋਂ ਹਰ ਬੋਲੀ ਹਰੀ ਨਾਮ ਦਾ ਉਚਾਰਨ ਆਪਣੇ ਆਪ ਹੀ ਸ਼ੁਰੂ ਹੋ ਗਿਆ। ਸੱਚਮੁੱਚੀ ਗੁਰਮੁਖ ਰੰਗ ਭਇਆ ਅਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ। ਗੁਰਾਂ ਦੁਆਰਾ ਜਿਹੜਾ ਸੀ ਬੜਾ ਹੀ ਗੂੜਾ ਰੰਗ ਪ੍ਰਾਪਤ ਹੋਇਆ, ਉਹ ਹਰੀ ਰੰਗ ਵਿੱਚ ਮੇਰੀ ਬੁੱਧੀ ਰੂਪ ਚੋਲੀ ਜਿਹੜੀ ਸੀ ਭਿੱਜ ਗਈ, ਭਾਵ ਰੰਗੀ ਗਈ, ਬੁੱਧੀ ਰੂਪ ਚੋਲੀ ਮੇਰੀ ਭਿੱਜ ਗਈ। ਆਪਣੇ ਹਰ ਪ੍ਰਭ ਕੀ ਹੋ ਗੋਲੀ, ਮੈਂ ਆਪਣੇ ਹਰੂ ਪ੍ਰਭੂ ਦੀ ਜਿਹੜੀ ਗੋਲੀ ਤੋਂ ਭਾਵ ਦਾਸੀ ਬਣ ਗਈ। ਹੁਣ ਮੈਂ ਦਾਸ ਬਣ ਕੇ ਸੇਵਾ ਕਰਦਾ, ਮੈਂ ਹੋਰ ਕੋਈ ਕੰਮ ਨਹੀਂ ਕਰਦਾ, ਸਿਰਫ ਤੁਹਾਡਾ ਦਾਸ। ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲਿਆ ਮੋਲੀ ਰਹਾਓ। ਜਿਸ ਵੇਲੇ ਮੇਰਾ ਮਨ ਹਰੀ ਪਰਮਾਤਮਾ ਨਾਲ ਮੰਨ ਗਿਆ ਤਾਂ ਵਾਹਿਗੁਰੂ ਨੇ ਸਾਰਾ ਜਗਤ ਹੀ ਮੇਰਾ ਅਮੋਲੀ ਅਨਮੁੱਲਾ ਗੋਲਾ ਦਾਸ ਕਰ ਦਿੱਤਾ। ਜਦੋਂ ਦੁਨੀਆਂ ਦਾ ਮਨ, ਜਦੋਂ ਮੇਰਾ ਮਨ ਮੰਨਿਆ ਨਾ ਪਰਮਾਤਮਾ ਨਾਲ, ਪਰਮਾਤਮਾ ਵਿੱਚ ਮੇਰਾ ਚਿੱਤ ਜੁੜ ਗਿਆ। ਪਰਮਾਤਮਾ ਤਾਂ ਸਾਰਿਆਂ ਦੇ ਵਿੱਚ ਹੀ ਬੈਠੇ ਨੇ, ਉਹਨਾਂ ਨੇ ਸਾਰੀ ਦੁਨੀਆਂ ਹੀ ਸਾਡੇ ਚਰਨੀ ਪਾ ਦਿੱਤੀ ਕਹਿੰਦੇ, ਸੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਰਹੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਟੰਡੋਲੀ। ਇਹ ਭਾਈ ਸੰਤ ਜਨਾਂ ਨਾਲ ਮਿਲ ਕੇ ਵਿਵੇਕ ਹੁੰਦਾ, ਵਿਚਾਰ ਕਰੋ। ਅਤੇ ਜਿਸ ਪਰਮਾਤਮਾ ਨੂੰ ਬਾਹਰ ਜੰਗਲਾਂ, ਤੀਰਥਾਂ, ਪਹਾੜਾਂ ਦੀਆਂ ਗੁਫਾਂ ਚ ਖੋਜਦੇ ਫਿਰਦੇ, ਉਹ ਤਾਂ ਹਿਰਦੇ ਚ ਹੀ ਮਿਲ ਗਿਆ। ਉੱਥੇ ਢੂੰਡ ਕੇ ਦੇਖੋ ਤਾਂ ਬਾਹਰ ਕਾਹਨੂੰ ਭਾਲਦੇ ਫਿਰਦੇ ਉਹਨੂੰ। ਹਰ ਹਰ ਰੂਪ ਸਭ ਜੋਤ ਸਬਾਈ, ਹਰ ਨਿਕਟ ਵਸੈ ਹਰ ਕੋਲੀ। ਸਾਰੇ ਰੂਪ ਹਰੀ ਦੇ ਨੇ, ਕਿਉਂਕਿ ਸਾਰਿਆਂ ਵਿੱਚ ਹਰੀ ਦੀ ਜੋਤ ਆ ਰਹੀ ਹੈ। ਹਰ ਹਰ ਨਿਕਟ ਕੋਲੀ, ਨੇੜੇ ਤੋਂ ਨੇੜੇ ਕੋਲ ਹੀ ਵਸਦਾ ਹੈ, ਉਹ ਕਿਤੇ ਦੂਰ ਨਹੀਂ ਹੈ। ਜਿਸ ਹਰੀ ਨੇ ਕੋਲੀ ਤੋਂ ਪਾ ਬ੍ਰਾਹ ਸਰੂਪ ਜਿਹੜਾ ਧਾਰਿਆ ਸੀ, ਅਵਤਾਰ ਧਾਰਿਆ, ਉਦੋਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਵਿਸ਼ਨੂੰ ਨੇ ਅਵਤਾਰ ਧਾਰਿਆ ਸੂਰ ਦਾ, ਉਹ ਕੋਲ ਹੀ ਵਸਦਾ ਹਰੀ। ਜਿਹਨੇ ਉਹਨੂੰ ਹੁਕਮ ਕੀਤਾ ਸੀ, ਉਹ ਸਾਰਿਆਂ ਦਾ ਮਾਲਕ ਪਰਮਾਤਮਾ। ਵਾਹਿਗੁਰੂ ਸਾਡੇ ਕਿੰਨਾ ਕੁ ਕਹਿੰਦੇ ਕੋਲ ਹੀ ਹੈ, ਐਵੇਂ ਭੁਲੇਖਾ ਹੀ ਹੈ ਤੁਹਾਨੂੰ ਕਿ ਰੱਬ ਵੱਡਾ ਸਕੈਜਲ ਤਿਆਰ ਨਾ ਕਰੋ ਵੀ ਬਹੁਤ ਦੂਰ ਆ, ਉਹਨੇ ਕਿਤੋਂ ਨਹੀਂ ਆਉਣਾ, ਅੰਦਰ ਹੀ ਬੈਠਾ, ਬਾਹਰ ਵੀ ਹੈ। ਹਰ ਹਰ ਨਿਕਟ ਵਸੈ ਸਭ ਜਗ ਕੈ, ਅਪਰੰਪਰ ਪੁਰਖ ਅਤੋਲੀ। 169 ਅੰਗ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਉਹ ਹਰ ਹਰ ਪਰਮਾਤਮਾ ਜਿਹੜਾ ਸਾਰੇ ਜਗਤ ਦੇ ਨੇੜੇ ਵਸ ਰਿਹਾ, ਉਹ ਅਕਾਲ ਪੁਰਖ ਅਪਰੰਪਰ ਸੰਸਾਰ ਤੋਂ ਪਰਾ ਰੂਪ ਹੈ ਤੇ ਅਤੋਲੀ ਤੋਲਣੇ ਤੋਂ ਰਹਿਤ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਹਰ ਹਰ ਪ੍ਰਗਟ ਕੀਓ ਗੁਰਪੂਰੈ, ਸਿਰ ਵੇਚਿਓ ਗੁਰ ਪਹਿ ਮੋਲੀ। ਜਿਸ ਵੇਲੇ ਗੁਰਾਂ ਪਾਸ ਸਿਰ ਨੂੰ ਮੁੱਲ ਵੇਚ ਦਿੱਤਾ ਤਾਂ ਪੂਰਿਆਂ ਗੁਰਾਂ ਨੇ ਵਾਹਿਗੁਰੂ ਵਾਹਿਗੁਰੂ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ। ਹਰ ਜੀ ਅੰਤਰ ਬਾਹਰ ਤੁਮ ਸਰਨਾਗਤ, ਤੁਮ ਵੱਡ ਪੁਰਖ ਵਡੋਲੀ। ਹੇ ਹਰ ਜੀ, ਆਪ ਅੰਦਰ ਬਾਹਰ ਸਾਰੇ ਕਿਤੇ ਪੂਰਨ ਹੋ, ਮੈਂ ਆਪ ਦੀ ਸ਼ਰਨ ਆਇਆ ਹਾਂ। ਆਪ ਵੱਡਿਆਂ ਤੋਂ ਵੱਡੇ ਪੁਰਖ ਹੋ ਜੀ। ਜਾਨ ਨਾਨਕ ਅੰਦਿਨ ਹਰ ਗੁਣ ਗਾਵੈ, ਮਿਲ ਸਤਿਗੁਰ ਗੁਰ ਵਿਚੋਲੀ। ਮਹਾਰਾਜ ਕਥਨ ਕਰਦੇ ਨੇ ਵਿਚੋਲੇ ਜੋ ਗੁਰੂ ਨੇ ਨਾ, ਉਹਨਾਂ ਸਤਿਗੁਰਾਂ ਨਾਲ ਮਿਲ ਕੇ ਮੈਂ ਰਾਤ ਦਿਨ ਹਰੀ ਦੇ ਗੁਣ ਗਾਉਂਦਾ।